ਆਪਣਾ ਨਾਮ ਦੱਸੀ ਪ੍ਰੀਤਾ ਆਪਣਾ ਪਿੰਡ ਦੱਸੀਏ ਕਪੂਰ ਜੀ ਆਪਣੇ ਪਿੰਡ ਦੀ ਗਵਾਹੀ ਦਿਜੀ ਜੇ ਆਪਣੇ ਪਿੰਡ ਦੇ ਵਿੱਚ ਕੀ ਸਮੱਸਿਆ ਸੀ ਹਾਂ ਆਪਣੀ ਗਵਾਹੀ ਦਿਓ ਮੈਨੂੰ ਨਕੋਲੀਏ ਦੀ ਪ੍ਰੋਬਲਮ ਮੇਰੀ 7 ਸਾਲ ਦੀ ਬੇਟੀ ਹੋ ਗਈ ਉਦੋਂ ਬਾਅਦ ਤੋਂ ਮੈਨੂੰ ਸ਼ੁਰੂ ਹੋਈ ਹੈਗੀ ਹੈ ਤੋਂ ਲਕੋਰੀਏ ਦੀ ਬਿਮਾਰੀ ਮਤਲਬ ਤੁਹਾਡਾ ਪਾਰਟਸ ਕੋਈ ਬਾਹਰ ਆਂਦਾ ਸੀ ਤੁਹਾਡੇ ਬਾਥਰੂਮ ਵਾਲੀ ਜਗ੍ਹਾ ਦੇ ਲਈ ਹਾਂਜੀ ਬਹੁਤ ਮੰਦਾ ਹਾਲ ਹੀ ਮੇਰਾ ਉਹਦੀ ਦਵਾਈ ਖਾਦੀ ਤੁਸੀਂ ਕੋਈ ਨਹੀਂ ਉਦੋਂ ਦੀ ਨਹੀਂ ਦਵਾਈ ਖਾਦੀ ਉਸ ਤੋਂ ਪਹਿਲੇ ਦਵਾਈ ਖਾਂਦੇ ਰਹੇ ਤੁਸੀਂ ਕਾਫੀ ਬਹੁਤ ਚਿਰ ਦਵਾਈ ਖਾਦੀ ਕਿੰਨੇ ਸਾਲ ਦੀ ਤੁਹਾਡੀ ਬੇਟੀ ਹੈ 7 ਸਾਲ ਦੀ ਤੇ 7 ਸਾਲ ਤੋਂ ਤੁਹਾਨੂੰ ਬਿਮਾਰੀ ਸੀ ਉਹ ਹਾਂਜੀ ਸੁਣ ਪਾ ਰਹੀਆਂ ਪੈਣਾ ਚੱਚ ਸੁਣ ਪਾ ਰਿਹਾ ਪਿੱਛੇ ਤੱਕ ਇਸ ਪੈਨ ਨੂੰ ਲਕੋਰੀਏ ਦੀ ਬਿਮਾਰੀ ਜੋ ਲਕੋਰੀਏ ਦੀ ਬਿਮਾਰੀ ਦਾ ਨਾਂ ਇਦਾਂ ਕਿ ਜਦੋਂ ਉਹਦੀ ਬੇਟੀ ਉਹ ਲਕੋਰੀਏ ਦੀ ਬਿਮਾਰੀ ਦਾ ਮਤਲਬ ਹੈ ਕੋਈ ਵੀ ਜਦ ਕੰਮ ਪੈਰਾਂ ਭਾਰ ਉੱਤੇ ਬਹਿ ਕੇ ਕਰੋਗੇ ਤੋ ਇੱਕ ਪੰਜਾਬੀ ਚ ਬੋਲੋ ਸਿੱਧੀ ਸਿੱਧੀ ਤੇ ਬੱਚੇ ਦਾ ਨਹੀਂ ਬਾਹਰ ਆ ਜਾਏਗੀ ਬਾਥਰੂਮ ਵਾਲੀ ਜਗ੍ਹਾ ਜਗ੍ਹਾ ਜੀ ਤੋ ਉਹ ਆਪਰੇਸ਼ਨ ਦੇ ਨਾਲ ਵੀ ਠੀਕ ਨਹੀਂ ਹੋਣੀ ਤੇ ਨਾਲ ਉਹ ਦਵਾਈਆਂ ਦੇ ਨਾਲ ਠੀਕ ਨਹੀਂ ਉਹਨੂੰ ਠੀਕ ਕਰੇਗਾ ਤੇ ਯਸੂ ਮਸੀਹ ਠੀਕ ਆ ਹੁਣ ਕਿੰਨੇ ਚਿਰ ਤੋਂ ਤੁਸੀਂ ਠੀਕ ਹੋ ਇਸ ਬਿਮਾਰੀ ਤੋਂ ਜਿੱਦਣ ਦੇ ਇੱਥੇ ਆਉਂਦੇ ਆ ਉਦੋਂ ਦਾ ਮੈਨੂੰ ਕਾਫੀ ਫਰਕ ਹੈਗਾ ਵਾ ਯਸ ਤੇ ਆਪਣੇ ਆਪ ਨੂੰ ਤੁਸੀਂ ਚੈੱਕ ਕੀਤਾ ਹੋਣਾ ਪੂਰਾ ਹਾਂਜੀ ਅੱਗੇ ਹਰ ਰੋਜ਼ ਮੇਰਾ ਇਹੀ ਹਾਲ ਹੁੰਦਾ ਹੈ ਕਿ ਜਿੱਦਾਂ ਮੈਨੂੰ ਮੈਸੇਜ ਆ ਰਿਹਾ ਮੈਂ ਬਹੁਤ ਪਰੇਸ਼ਾਨ ਹਾਂ ਮੈਂ ਕਈ ਵਾਰੀ ਦੁੱਖ ਵੀ ਤੇ ਹੁਣ ਤੁਸੀਂ ਆਪਣੇ ਆਪ ਨੂੰ ਔਰ ਇਸ ਚਰਚ ਦੇ ਲਈ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਹੋ ਗਵਾਹੀ ਦੇ ਲਈ ਔਰ ਪ੍ਰਭੂ ਦੇ ਕੰਮ ਦੇ ਲਈ ਮੈਂ ਕਹਿੰਦੀ ਕਿ ਪ੍ਰਭੂ ਨਾਲੋਂ ਵੱਡਾ ਕੋਈ ਨਹੀਂ ਹੈਗਾ ਜੋ ਕੁਝ ਪ੍ਰਭੂ ਦੇ ਦਰ ਤੋਂ ਮਿਲਦਾ ਹੈ ਨਾ ਕਿਤੇ ਉਹ ਨਹੀਂ ਮਿਲਦਾ ਯਸ ਤੇ ਜਿਹਨੂੰ ਪੱਖਾ ਲਾ ਕੇ ਦਿੱਤਾ ਉਹਦੇ ਲਾਗੇ ਰੋਸ਼ਨੀ ਜਗਾਈ ਉਹਦੇ ਕੋਲ ਨਹੀਂ ਕੁਝ ਪਾਸਾ ਨਹੀਂ ਲੈ ਸਕਦਾ ਪਾਸਾ ਨਹੀਂ ਲੈ ਸਕਦਾ ਯੋਗ ਲੈ ਸਕਵਾਈ ਦੇ ਲਈ ਪ੍ਰਭੂ ਦਾ ਧੰਨਵਾਦ